ਨਵੀਂ ਦਿੱਲੀ ਸਥਿਤ ਅਮਰੀਕੀ ਦੂਤਖਾਨੇ ਐਚ ਅਤੇ ਐਲ ਵੀਜ਼ਾ ਲਈ ਅਪਲਾਈ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਫਿਰ ਵੀ ਅਮਰੀਕਾ ਦੇ ਵੀਜ਼ਾ ਲਈ ਕਤਾਰ ਵਿੱਚ ਖੜੇ ਭਾਰਤੀਆਂ ਵਿੱਚ ਨਾਰਾਜ਼ਗੀ ਹੈ ਪ੍ਰੋਗਰਾਮ ਦੇ ਪਹਿਲੇ ਦਿਨ ਮੰਗਲਵਾਰ ਨੂੰ ਐਮਬੈਸੀ ਦੁਆਰਾ ਸ਼ੇਅਰ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਕਿ ਐਚ ਅਤੇ ਐਲ ਵੀਜ਼ਾ ਅਰਜ਼ੀਆਂ ਵਿੱਚ 17% ਵਾਧਾ ਹੋਇਆ ਹੈ ਅਤੇ ਇਸ ਦੇ ਲਈ ਉਡੀਕ ਸਮਾਂ ਘਟਾਇਆ ਗਿਆ ਹੈ ਟਵਿੱਟਰ ਤੇ ਸ਼ੇਅਰ ਕੀਤੀ ਗਈ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਕਿ ਇਹ ਹਜ਼ਾਰਾਂ ਕਾਮੇ ਅਤੇ ਪਰਿਵਾਰ ਹਨ ਜੋ ਅਮਰੀਕਾ ਵਿੱਚ ਦੁਬਾਰਾ ਇਕੱਠੇ ਹੋਣ ਜਾਂ ਕੰਮ ਸ਼ੁਰੂ ਕਰਨ ਦੇ ਯੋਗ ਹੋਏ ਹਨ ਫਿਰ ਵੀ ਕੋਸ਼ਨਾ ਨੇ ਬਹੁਤ ਸਾਰੇ ਭਾਰਤੀਆਂ ਨੂੰ ਨਰਾਜ਼ ਕਰ ਦਿੱਤਾ ਜੋ ਅਮਰੀਕਾ ਦੀ ਯਾਤਰਾ ਕਰਨ ਲਈ ਵੀਜ਼ਾ ਇੰਟਰਵਿਊ ਲੈਂਡ ਵਿੱਚ ਲੰਬੇ ਸਮੇਂ ਤੋਂ ਦੇਰੀ ਦਾ ਸਾਹਮਣਾ ਕਰ ਰਹੇ ਨੇ ਇੱਕ ਪ੍ਰਬੰਧਨ ਸਲਾਹਕਾਰ ਗੁੰਜਨ ਬਾਗਲਾ ਨੇ ਦੂਦ ਕਰਦੀ ਘੋਸ਼ਣਾ ਦੇ ਜਵਾਬ ਵਿੱਚ ਟਵੀਟ ਕੀਤਾ ਕਿ ਹਾਲਾਂਕਿ ਮੈਨੂੰ 12 ਦਿਨਾਂ ਦਾ ਵਿਚਾਰ ਪਸੰਦ ਹੈ ਪਰ ਮੁਲਾਕਾਤਾਂ ਪ੍ਰਾਪਤ ਕਰਨ ਵਿੱਚ ਲੰਮੀ ਦੇਰੀ ਕਾਰਨ ਬਹੁਤ ਸਾਰਾ ਕਾਰੋਬਾਰ ਅਤੇ ਸੈਰ ਸਪਾਟਾ ਬੈਕਲੌਗ ਹੋ ਗਿਆ ਹੈ ਭਾਰਤੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਦੇ ਮੁਕਾਬਲੇ ਅਮਰੀਕੀਆਂ ਲਈ ਭਾਰਤੀ ਵੀਜ਼ਾ ਪ੍ਰਾਪਤ ਕਰਨਾ ਹੁਣ ਬਹੁਤ ਸੌਖਾ ਅਤੇ ਤੇਜ਼ ਹੋ ਗਿਆ ਹੈ ਭਾਰਤ ਵਿੱਚ ਵੀਜ਼ਾ ਮੁਲਾਕਾਤਾਂ ਲਈ ਉਡੀਕ ਦਾ ਸਮਾਂ ਵਰਤਮਾਨ ਵਿੱਚ 1000 ਦਿਨਾਂ ਤੋਂ ਵੱਧ ਹੈ ਵਾਈਟ ਹਾਊਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਪ੍ਰਸ਼ਾਸਨ ਲੰਮੀ ਦੇਰੀ ਤੋਂ ਜਾਣੂ ਹੈ ਅਤੇ ਇਹਨਾਂ ਵੀਜ਼ਾ ਸੇਵਾਵਾਂ ਦੀ ਮਹੱਤਵਪੂਰਨ ਮੰਗ ਦਾ ਜਵਾਬ ਦੇਣ ਲਈ ਕੰਮ ਕਰ ਰਿਹਾ ਹੈ ਕਾਜਲ ਅਰੋੜਾ ਨੇ ਟਵਿੱਟਰ ਤੇ ਅਮਰੀਕੀ ਦੂਤਕਰਨ ਨੂੰ ਲਿਖਿਆ ਕਿ ਤੁਸੀਂ ਲੋਕ ਸਿਰਫ F1 HL H L B ਸ਼੍ਰੇਣੀਆਂ ਦੀ ਪਰਵਾਹ ਕਰਦੇ ਹੋ ਸਾਡੇ ਬਾਰੇ ਕੀ ਇਸੇ ਦੱਸ ਦਈਏ ਕਿ H ਅਤੇ L ਵਿੱਚੋਂ H1B ਅਤੇ L1 ਅਮਰੀਕਾ ਵਿੱਚ ਸਭ ਤੋਂ ਪ੍ਰਸਿੱਧ ਗੈਰ ਪ੍ਰਵਾਸੀ ਵਰਕ ਵੀਜ਼ਾ ਵਿੱਚੋਂ ਇੱਕ ਨੇ ਦੂਤਕਰ ਨੇ ਇਹ ਵੀ ਦੱਸਿਆ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ ਉਸ ਨੇ ਪਹਿਲਾਂ ਹੀ 1,60,000 ਤੋਂ ਵੱਧ H ਅਤੇ L ਵੀਜ਼ਿਆਂ ਦੀ ਪ੍ਰਕਿਰਿਆ ਕੀਤੀ ਹੈ US ਸਟੇਟ ਡਿਪਾਰਟਮੈਂਟ ਨੇ ਨਵੰਬਰ ਵਿੱਚ ਕਿਹਾ ਸੀ ਕਿ B1 B2 ਉਮੀਦਵਾਰਾਂ ਦੀ ਇੰਟਰਵਿਊ ਲਈ ਉਡੀਕ ਦੀ ਮਿਆਦ ਮੁੰਬਈ ਵਿੱਚ 999 ਦਿਨ, ਹਾਈਦਰਾਬਾਦ ਵਿੱਚ 994 ਦਿਨ, ਦਿੱਲੀ ਵਿੱਚ 961 ਦਿਨ, ਚੇਨਈ ਵਿੱਚ 944 ਦਿਨ ਅਤੇ ਕੋਲਕਾਤਾ ਵਿੱਚ 904 ਦਿਨ ਹੈ। ਅਮਰੀਕਾ ਦੇ ਦੂਤਖਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਵਾਸ਼ਿੰਗਟਨ ਲਈ ਪਹਿਲੀ ਤਰਜੀਹ ਹੈ।